ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਨੂੰ ਲੈ ਕੇ ਅੱਜ ਮੈਂ ਉਸ ਜਗ੍ਹਾ ਦੇ ਉੱਤੇ ਪਹੁੰਚਿਆ ਵਾਂ ਜਿੱਥੇ ਕਿ ਐਂਡ ਬਾਉਂਡਰੀਜ਼ ਕਹਿ ਲਵੋ ਤੁਸੀਂ, ਜਿੱਥੋਂ ਸਭ ਤੋਂ ਅਖੀਰ ਦੇ ਵਿੱਚ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਖਤਮ ਹੁੰਦੀਆਂ ਨੇ, ਔਰ ਆਹਿਸਤਾ ਆਹਿਸਤਾ ਖਾਲਸਾ ਰਾਜ ਐਂਡ ਵੱਲ ਜਾਂਦਾ। ਯਾਨੀ ਕਿ ਜਿਵੇਂ ਕਿ 21 ਜਨਵਰੀ ਕਿਹਾ ਜਾਂਦਾ 1848 ਦੇ ਵਿੱਚ, ਲੇਕਿਨ ਇਹ ਵਾਲੇ ਜਿਹੜੇ ਇਲਾਕੇ ਨੇ ਇਹ ਲਾਸਟ ਚੌਕੀਆਂ ਸਨ ਖਾਲਸਾ ਪੰਥ ਦੀਆਂ, ਜਿੱਥੇ ਕਿ ਖਾਲਸਾ ਪੰਥ ਦਾ ਅਸਰ ਰਸੂਖ ਜਿਹੜਾ ਸੀ 1848 ਦੇ ਵਿੱਚ, ਇਹ ਉਹ ਜਗ੍ਹਾ ਨੇ, ਇਹ ਉਹ ਵਾਲੇ ਰਸਤੇ ਨੇ ਜਿੱਥੋਂ ਕਿ ਖਾਲਸਾ ਪੰਥ ਦੇ ਲੋਕਾਂ ਨੇ ਆਵਾਜ਼ ਦਿੱਤੀ ਸੀ ਕਿ ਸਾਡਾ ਰਣਜੀਤ ਸਿੰਘ ਅੱਜ ਮੋਇਆ। ਯਾਨੀ ਕਿ 10 ਸਾਲ ਗੁਜ਼ਰ ਗਏ ਸਨ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆ ਤੋਂ ਗਏ ਹੋਏ। ਯਾਨੀ ਕਿ 1848 ਦੇ ਵਿੱਚ ਖਾਲਸਾ ਰਾਜ ਖਤਮ ਹੁੰਦਾ, ਔਰ 1838 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਡੈਥ ਹੁੰਦੀ ਹੈ। ਜਦੋਂ ਡੈਥ ਹੁੰਦੀ ਹੈ ਤਾਂ ਉਸ ਵੇਲੇ ਮਤਲਬ ਕਿ ਲੋਕ ਇੰਨਾ ਫੀਲ ਨਹੀਂ ਕਰਦੇ, ਲੇਕਿਨ ਜਦੋਂ ਖਾਲਸਾ ਰਾਜ ਐਗਜ਼ਾਈਲ ਹੁੰਦਾ ਜਾਂ ਖਤਮ ਹੁੰਦਾ, ਜਾਂ ਕਹਿ ਲਵੋ ਤੁਸੀਂ ਕਿ ਬ੍ਰਿਟਿਸ਼ ਜਿਹੜੇ ਨੇ ਐਂਡ ਦੇ ਉੱਤੇ ਈਸਟ ਇੰਡੀਆ ਕੰਪਨੀ ਜਿਹੜੀ ਹੈ ਉਹ ਆ ਕੇ ਅਤੇ ਕਬਜ਼ਾ ਕਰਦੀ ਹੈ ਪੰਜਾਬ ਦੇ ਉੱਤੇ, ਨੌਰਥ ਵੈਸਟ ਪੰਜਾਬ ਦੇ ਉੱਤੇ, ਅਤੇ ਇਹ ਉਹ ਲਾਸਟ ਬਾਉਂਡਰੀਜ਼ ਨੇ, ਇਹ ਉਹ ਲਾਸਟ ਜਗ੍ਹਾ ਨੇ ਜਿੱਥੇ ਆ ਕੇ ਖਾਲਸਾ ਆਰਮੀ ਨੇ ਜਾਂ ਨਿਹੰਗਾਂ ਨੇ ਆ ਕੇ ਆਪਣੇ ਜਿਹੜੇ ਸਨ ਕਦਮ ਜਮਾਏ ਸਨ, ਇੱਥੋਂ ਆ ਕੇ ਆਖਰੀ ਮਰਕੇ ਹੋਏ। ਯਾਨੀ ਕਿ 3 ਮਹੀਨੇ ਤੱਕ ਫੌਜਾਂ ਸੈਕਿੰਡ ਸਿੱਖ ਇੰਗਲੀਓ ਵਾਰ ਤੋਂ ਬਾਅਦ ਵੀ ਜਿਹੜੀਆਂ ਸਨ ਫੌਜਾਂ ਲੜਦੀਆਂ ਰਹੀਆਂ। ਉਹ ਕਿਹੜੀਆਂ ਜਗ੍ਹਾ ਸਨ? ਬਿਲਕੁਲ ਜੀ, ਮੰਦਰਾਂ ਦੇ ਕੋਲ ਹੀ ਇੱਕ ਜਗ੍ਹਾ ਹੈ, ਇਹ ਬੋਰਡ ਦੀ ਤੁਹਾਨੂੰ ਨਜ਼ਰ ਆ ਰਹੀ ਹੋਏਗੀ, ਵੈਸੇ ਹੀ ਬਰਛਾਂ ਹੀ ਤੁਹਾਨੂੰ ਦੱਸ ਰਹੀ ਹੋਏਗੀ ਕਿ ਘੱਟੋ ਘੱਟ ਕੋਈ 250-300 ਸਾਲ ਪੁਰਾਣਾ ਇਹ ਟ੍ਰੀ ਹੈ। ਅਤੇ ਉਸ ਇਹ ਟ੍ਰੀ ਜਿਹੜਾ ਇੰਨਾ ਕੁ, ਕਿਉਂਕਿ ਬੈਨੀਅਨ ਟ੍ਰੀ ਜਿਹੜੇ ਨੇ, ਹਮੇਸ਼ਾ ਮੈਂ ਉਹਨਾਂ ਦੀ ਗੱਲ ਕਰਨਾ ਵਾਂ ਕਿ ਬੈਨੀਅਨ ਟ੍ਰੀ ਜਿਹੜੇ ਨੇ ਉਹ ਮੋਰ ਦੈਨ ਕੋਈ 100 ਸਾਲ ਤੋਂ ਬਾਅਦ ਜਾ ਕੇ ਉਹਨਾਂ ਦਾ ਬਚਪਨਾ ਖਤਮ ਹੁੰਦਾ, 125 ਸਾਲ ਬਾਅਦ ਉਹਨਾਂ ਦੀ ਜਵਾਨੀ ਸ਼ੁਰੂ ਹੁੰਦੀ ਹੈ। ਯਾਨੀ ਕਿ ਪੀਕ ਉਹਨਾਂ ਦਾ ਜਿਹੜਾ ਸ਼ੁਰੂ ਹੁੰਦਾ ਉਹ 150 ਸਾਲ ਬਾਅਦ ਹੁੰਦਾ। ਅਤੇ ਇਹ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਕਿ ਆਪਣਾ ਫਨ ਖਿਲਾਏ ਹੋਏ ਪੂਰਾ ਨਾਗ ਦੀ ਤਰ੍ਹਾਂ ਫੈਲਿਆ ਹੋਇਆ ਜਿਹੜਾ ਬੋਰਡ ਹੈ, ਇਹ ਉਹ ਜਗ੍ਹਾ ਜਿੱਥੇ ਆ ਕੇ ਪੜਾਓ ਕੀਤਾ ਸੀ ਖਾਲਸਾ ਆਰਮੀ ਨੇ, ਔਰ ਇੱਥੇ ਆ ਕੇ ਠਹਿਰੀਆਂ ਸਨ। ਇੱਥੋਂ ਫਿਰ ਅੱਗੇ ਅਗਰ ਚਲੇ ਜਾਓ ਤੁਸੀਂ ਤਾਂ ਸਟੂਪਾ ਮੰਕਿਆਲਾ, ਜਿਹਨੂੰ ਕਿ ਤੋਪ ਮੰਕਿਆਲਾ ਕਿਹਾ ਜਾਂਦਾ, ਸਟੂਪਾ ਮੰਕਿਆਲਾ ਦੇ ਕੋਲ ਇੱਕ ਪਿੰਡ ਹੈ, ਉੱਥੇ ਖਾਲਸਾ ਆਰਮੀ ਨੇ ਲੜਾਈ ਹੋਈ। ਫਿਰ ਉਸ ਤੋਂ ਅੱਗੇ ਜਾਓ ਤੁਸੀਂ ਤਾਂ ਅੱਗੇ ਤਕਰੀਬਨ ਕਹਿ ਲਵੋ ਕਿ ਥਵਾ ਖਾਲਸਾ ਦੇ ਲਾਗੇ ਜਾ ਕੇ ਜਿਹੜੀਆਂ ਨੇ ਉਹ ਲੜਾਈਆਂ ਹੁੰਦੀਆਂ ਨੇ, ਚਵਾ ਖਾਲਸਾ ਦੇ ਲਾਗੇ ਲੜਾਈਆਂ ਹੁੰਦੀਆਂ ਨੇ, ਔਰ 1848 ਅਪ੍ਰੈਲ ਦੇ ਵਿੱਚ ਖਾਲਸਾ ਰਾਜ ਜਿਹੜਾ ਉਹ ਖਤਮ ਹੋ ਜਾਂਦਾ। ਯਾਨੀ ਕਿ 3 ਮਹੀਨੇ ਲੜਾਈ ਜਾਰੀ ਰਹੀ ਹੈ, ਪੰਜਾਬੀਆਂ ਨੇ ਰਾਜ ਐਡਾ ਔਖਾ ਅੰਗਰੇਜ਼ਾਂ ਦੇ ਹਵਾਲੇ ਨਹੀਂ ਸੀ ਕੀਤਾ। ਨੌਰਥ ਵੈਸਟ ਪੰਜਾਬ, KPK ਪ੍ਰੋਵਿੰਸ, ਇਹ ਸਾਰੇ ਇਲਾਕੇ ਜਿਹੜੇ ਨੇ ਇਨਵੇਡ ਕਰਦਿਆਂ ਕਰਦਿਆਂ ਘੱਟੋ ਘੱਟ 6 ਮਹੀਨੇ ਜਿਹੜੇ ਸਨ ਅੰਗਰੇਜ਼ ਸਰਕਾਰ ਨੂੰ ਲੱਗੇ ਸੀ। ਅਤੇ ਪਿਛਲੇ ਦਿਨਾਂ ਦੇ ਵਿੱਚ, ਅੱਜ ਤੋਂ 2 ਮਹੀਨੇ ਪਹਿਲੇ, ਮੈਂ ਲਾਹੌਰ ਆਰਕਾਈਵ ਦੇ ਵਿੱਚ ਜਦੋਂ ਕਹਿ ਲਵੋ ਤੁਸੀਂ ਕਿ ਅੰਮ੍ਰਿਤਸਰ ਸਾਹਿਬ ਵਾਲਾ ਜਿਹੜਾ ਵਾਕਿਆ ਸੀ, ਜਲਿਆਂਵਾਲਾ ਬਾਗ ਦੇ ਜਿਹੜੇ ਈਵੀਡੈਂਸ ਲੱਭੇ ਨੇ, ਤਾਂ ਉਹਦੇ ਵਿੱਚ ਜਿਹੜੇ ਰੇਅਰ ਡਾਕੂਮੈਂਟ ਸਾਹਮਣੇ ਆਏ ਸਨ, ਉਹਨਾਂ ਰੇਅਰ ਡਾਕੂਮੈਂਟਸ ਦੇ ਅੰਦਰ ਜਿਹੜੀ ਚੀਜ਼ ਦੱਸੀ ਗਈ ਸੀ ਉਹ ਕੀ ਸੀ? ਉਹ ਸਾਰੀ ਇਹੀ ਦੱਸੀ ਗਈ ਸੀ ਕਿ ਗੋਰਾ ਸਿਰਫ ਔਰ ਸਿਰਫ ਡਰਦਾ ਸੀ ਪੰਜਾਬੀਆਂ ਕੋਲੋਂ। ਤਾਂ ਹੀ ਪੂਰੇ ਇੰਡੀਆ ਨੂੰ ਕੰਕਰਡ ਕਰਨ ਤੋਂ ਬਾਅਦ ਐਂਡ ਦੇ ਉੱਤੇ ਆ ਕੇ ਪੰਜਾਬ ਦੇ ਉੱਤੇ ਉਹਦਾ ਕਬਜ਼ਾ ਹੋਇਆ। ਅਤੇ ਫਿਰ ਵੀ ਪੰਜਾਬ ਦੇ ਵਿੱਚ ਜਦੋਂ ਉਹਨਾਂ ਨੇ ਸੈਕਿੰਡ ਸਿੱਖ ਐਂਗਲੀਓ ਵਾਰ ਜਿੱਤ ਲਈ ਸੀ, ਤਾਂ ਫਿਰ ਵੀ ਉਹਨਾਂ ਨੂੰ 6 ਮਹੀਨੇ ਲੱਗੇ ਸੀ। ਇਹ ਦਿਖਾਓ ਜੀ ਪਿੱਛੇ ਖਲੋਤਾ ਹੋਇਆ ਐਨਡ ਇਤਿਹਾਸਿਕ ਬੋਰਡ ਹੈ, ਅਗਰ ਤੁਸੀਂ ਇਸ ਨੂੰ ਦੇਖੋ ਤਾਂ ਇਹਦੇ ਵਿੱਚ ਤੁਹਾਨੂੰ ਬਹੁਤ ਕੁਛ ਜਿਹੜਾ ਐਸਾ ਛੁਪਿਆ ਹੋਇਆ ਨਜ਼ਰ ਆਏਗਾ ਇਤਿਹਾਸ ਦੇ ਪੰਨਿਆਂ 'ਚ, ਸ਼ਾਇਦ ਕਿ ਤੁਹਾਨੂੰ ਕੋਈ ਹੋਰ ਨਹੀਂ ਦਿਖਾਏਗਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸ਼ਾਹਿਦ ਸ਼ਬੀਰ, ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਦੇਖੋ ਇਹ ਮੈਂ ਤੁਹਾਨੂੰ ਥੋੜ੍ਹਾ ਜਿਹਾ ਪਿੱਛੋਂ ਹੋ ਕੇ ਦਿਖਾਉਂਦਾ ਵਾਂ, ਇਹਦੀ ਛਾਂ ਬੋਰਡ ਜਿਹੜਾ ਵਾ ਕਿੰਨਾ ਕੁ ਵੱਡਾ ਵਾ। ਅੱਜ ਵੀ ਘੱਟੋ ਘੱਟ 200 ਬੰਦਾ ਇਹਦੇ ਥੱਲੇ ਬਵੇ। ਆਹ ਦੇਖੋ ਜੀ, ਇਤਿਹਾਸ ਦੀਆਂ ਨਿਸ਼ਾਨੀਆਂ ਗਵਾ ਰਹਿ ਜਾਂਦੀਆਂ ਨੇ। ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਰੂਟਸ ਦੇਖੋ, ਸਿਰਫ ਇੱਕ ਕਨਾਲ 'ਚ ਤਾਂ ਖਾਲੀ ਇਹਦੀਆਂ ਰੂਟਸ ਫੈਲੀਆਂ ਹੋਈਆਂ ਨੇ।
ਇਹਦੀਆਂ ਰੂਟਸ ਫੈਲੀਆਂ ਹੋਈਆਂ ਨੇ ਦੇਖੋ ਤੁਸੀਂ ਹਲੇ ਇਹਦੇ ਕਿੰਨੇ ਡਾਲ ਜਿਹੜੇ ਨੇ ਆ ਦੇਖੋ ਤੁਸੀਂ ਕੱਟੇ ਜਾ ਚੁੱਕੇ ਨੇ, ਲੇਕਿਨ ਉਹਦੇ ਬਾਵਜੂਦ ਵੀ ਇਹਦਾ ਘਿਰਾਓ ਜਿਹੜਾ ਵਾ ਘੱਟੋ ਘੱਟ 4 ਕਨਾਲ ਦੀ ਲੈਂਡ ਜਿਹੜੀ ਆ ਕਵਰ ਕਰਦਾ ਵਾ। ਆਹ ਦੇਖੋ ਤੁਸੀਂ ਔਰ ਹਮੇਸ਼ਾ ਬੋਰਡ ਦੇ ਨਾਲ ਵਾਟਰ ਰਿਜ਼ਰਵਾਇਰ ਹੁੰਦੇ ਰਹੇ ਹੈ, ਕਿਉਂਕਿ ਵਾਟਰ ਰਿਜ਼ਰਵਾਇਰ ਨੌਰਥ ਵੈਸਟ ਪੰਜਾਬ ਦੇ ਵਿੱਚ ਪਾਣੀ ਦੀ ਕਮੀ ਹੋਣ ਪਾਰੋਂ ਇਹ ਥੱਲੜੇ ਪਾਸੇ ਰੀਅਲੀ ਉਹ ਇੱਕ ਹੀ ਚੀਜ਼ ਹੁੰਦੀ ਹੈ ਜਿਹੜੀ ਕਿ ਜਿਹਨੂੰ ਕਿ ਵਾਟਰ ਰਿਜ਼ਰਵਾਇਰ ਜਾਂ ਜਿਹਨੂੰ ਪਾਣੀ ਦੀ ਬੰਨ ਕਿਹਾ ਜਾਂਦਾ। ਇਹ ਦੇਖੋ ਤੁਸੀਂ ਬੋਰਡ ਦੀ ਹਾਂਜੀ ਜੀ, ਤੁਹਾਨੂੰ ਮੈਂ ਦਿਖਾ ਰਿਹਾ ਸੀ ਕਿ ਬੈਨੀਅਨ ਟ੍ਰੀ ਜਿਹੜਾ ਵਾ, ਬੈਨੀਅਨ ਟ੍ਰੀ ਦੇ ਵਿੱਚ ਕਹਿ ਲਓ ਤੁਸੀਂ ਕਿ ਕਿੰਨਾ ਉਹਦੀ ਖੂਬਸੂਰਤੀ ਔਰ ਕਿੰਨਾ ਉਹਦਾ ਉਹ ਬਣਿਆ ਹੋਇਆ। ਔਰ ਜਿੱਦਾਂ ਕਿ ਮੈਂ ਤੁਹਾਨੂੰ ਪਤਾ ਵਾ ਕਿ ਖਾਲਸਾ ਹਿਸਟਰੀ ਦੇ ਉੱਤੇ ਰਿਸਰਚ ਕਰ ਰਿਹਾ ਵਾਂ, ਅਤੇ ਖਾਲਸਾ ਹਿਸਟਰੀ ਦੇ ਵਿੱਚ ਬਹੁਤ ਜ਼ਿਆਦਾ ਸਾਰੇ ਪੰਨੇ ਐਸੇ ਹੈ ਕਿ ਜਿਹੜੇ ਮਿਟ ਚੁੱਕੇ ਨੇ, ਜਿਨ੍ਹਾਂ ਨੂੰ ਮਿਟਾ ਦਿੱਤਾ ਗਿਆ ਹੈ, ਔਰ ਲੋਕਾਂ ਨੂੰ ਪਤਾ ਨਹੀਂ ਲੱਗਦਾ। ਔਰ ਕਿਸੇ ਨੂੰ ਪੁੱਛੋ ਨਾ ਤੁਸੀਂ ਅਗਰ ਕਦੀ ਜਿਹੜਾ ਵਾ ਕੀ ਕਹਿੰਦੇ ਨੇ ਕੋਈ ਐਸਾ ਪੰਨਾ ਜਾਂ ਕੋਈ ਐਸੀ ਚੀਜ਼ ਨਵੀਂ ਸਾਹਮਣੇ ਲੈ ਕੇ ਆਓ, ਲੋਕ ਈਵੀਡੈਂਸ ਮੰਗਦੇ ਨੇ। ਮੈਂ ਹੀ ਕਹਾਂਗਾ ਕਿ ਅਗਰ ਈਵੀਡੈਂਸ ਪੂਰੇ ਹੁੰਦੇ ਤਾਂ ਸਾਨੂੰ ਦੁਬਾਰਾ ਰਿਸਰਚ ਕਰਨ ਦੀ ਕੀ ਲੋੜ ਸੀ? ਰਿਸਰਚ ਕਰਨ ਦੀ ਲੋੜ ਤਾਂ ਉਸੇ ਟੌਪਿਕ 'ਤੇ ਪੈਂਦੀ ਹੈ ਜਿਹਦੇ ਉੱਤੇ ਆਲਰੇਡੀ ਕੰਮ ਨਾ ਹੋਇਆ ਹੋਵੇ, ਠੀਕ ਹੈ ਜੀ? ਅਤੇ ਇਹ ਉਹੀ ਟਰੈਕ ਨੇ ਜਿੱਥੋਂ ਕਿ ਔਰ ਹੈ ਵੀ ਇਹ ਤਮਾਮ ਬੈਨੀਅਨ ਟ੍ਰੀਜ਼ ਅਗਰ ਤੁਸੀਂ ਦੇਖਦੇ ਹੋ ਤਾਂ ਖਾਲਸਾ ਪੰਥ ਦੇ ਹੱਥਾਂ ਦੇ ਲੱਗੇ ਹੋਏ ਟ੍ਰੀਜ਼ ਨੇ ਸਾਰੇ। ਔਰ ਇਹ ਉਹ ਚੀਜ਼ਾਂ ਨੇ ਜਿਹੜੀਆਂ ਕਿ ਅੱਜ ਵੀ ਮੈਂ ਕਹਾਂਗਾ ਕਿ ਆਪਣੇ ਸ਼ਾਨਾ ਦਿਖਾ ਰਹੀ ਹੈ ਔਰ ਲੋਕਾਂ ਨੂੰ ਇਹਨਾਂ ਤੋਂ ਫਾਇਦਾ ਲੈ ਰਹੇ ਨੇ। ਔਰ ਇਹਦੇ ਨਾਲ ਤੁਸੀਂ ਅਗਰ ਦੇਖੋ ਤਾਂ ਖੇਤ ਨੇ, ਹੁਣ ਅੱਜ ਕੱਲ੍ਹ ਤਾਂ ਖੈਰ ਪਾਣੀ ਦਾ ਕੋਈ ਮਸਲਾ ਨਹੀਂ ਹੈ, ਟਰਪੈਨਾਂ ਲਾਤੀਆਂ ਲੋਕਾਂ ਨੇ, ਪਾਣੀ ਖਿੱਚ ਕੇ ਜ਼ਮੀਨ 'ਚੋਂ ਲਾਇਆ। ਅਤੇ ਕਦੀ ਕੋਈ ਵਕਤ ਸੀ ਜਦੋਂ ਇੱਥੇ ਖੂਹ ਨਹੀਂ ਸੀ ਹੁੰਦੇ, ਜਦੋਂ ਮੋਟਰਾਂ ਨਹੀਂ ਸੀ ਹੁੰਦੀਆਂ ਤਾਂ ਪਾਣੀ ਦੇ ਰਿਜ਼ਰਵਾਇਰ ਯਾਨੀ ਕਿ ਰੇਨੀ ਵਾਟਰ ਨੂੰ ਹੀ ਸਿਰਫ ਸਟੋਰ ਕਰਕੇ ਅਤੇ ਉਹਦੇ ਤੋਂ ਇਹ ਸਾਰਾ ਕੁਝ ਚਲਾਇਆ ਜਾਂਦਾ ਸੀ। ਸੋ ਆਰਮੀਜ਼ ਦਾ ਇੱਥੇ ਠਹਿਰਨ ਦਾ ਮਕਸਦ ਇਹ ਹੁੰਦਾ ਸੀ ਕਿ ਗਰਮੀ ਦੇ ਵਿੱਚ ਛਾਂ ਦੇ ਵਿੱਚ ਬਹਿਣਾ ਔਰ ਆਪਣਾ ਇੱਥੇ ਕੀ ਕਹਿੰਦੇ ਨੇ ਸਾਹ ਸ਼ਾਹ ਕੱਢਣਾ, ਔਰ ਉਸ ਤੋਂ ਬਾਅਦ ਅਗਲੇ ਪੜਾਓ ਵਾਸਤੇ ਯਾਨੀ ਕਿ ਤਿਆਰੀ ਕਰਨੀ, ਔਰ ਰਾਤ ਪੈ ਜਾਣੀ ਤਾਂ ਇਹੋ ਜਿਹੇ ਰੁੱਖਾਂ ਦੇ ਹੇਠ ਬਹਿ ਕੇ ਖਾਲਸਾ ਆਰਮੀ ਜਿਹੜੀ ਸੀ ਉਹ ਵਕਤ ਗੁਜ਼ਾਰਦੀ ਸੀ। ਅਤੇ ਅਸੀਂ ਸੈਕਿੰਡ ਸਿੱਖ ਇੰਗਲਿਊ ਵਾਰ ਦੀ ਗੱਲ ਕਰ ਰਹੇ ਸੀ ਕਿ ਸੈਕਿੰਡ ਸਿੱਖ ਇੰਗਲਿਊ ਵਾਰ ਦੇ ਵਿੱਚ ਜਿਹੜਾ ਦੇਖਿਆ ਇਹਦੇ 'ਤੇ ਇਹ ਇਤਿਹਾਸ ਗਵਾਹ ਹੈ, ਇਹ ਚੀਜ਼ਾਂ ਜਿਹੜੀਆਂ ਨੇ ਉਸ ਚੀਜ਼ ਦੀਆਂ ਗਵਾਹ ਨੇ। ਮੈਂ ਕਹਾਂਗਾ ਕਿ ਇਹ ਹਮੇਸ਼ਾ ਦੀ ਤਰ੍ਹਾਂ ਮੈਂ ਜਦੋਂ ਵੀ ਕਿਸੇ ਬੋਰਡ ਕੋਲ ਆਉਣਾ ਵਾਂ ਅਤੇ ਮੇਰਾ ਦਿਲ ਕਰਦਾ ਪਹਿਲੇ ਤਾਂ ਮੈਂ ਨਾ ਐਂ ਕਰਕੇ ਜੱਫੀ ਮਾਰਨਾ ਵਾਂ ਉਸ ਦਰਖਤ ਨੂੰ ਮੈਂ, ਔਰ ਉਸ ਤੋਂ ਬਾਅਦ ਮੈਂ ਅੱਗੇ ਚੱਲਦਾ ਵਾਂ। ਅਤੇ ਮੈਂ ਕਹਾਂਗਾ ਕਿ ਰੂਟਸ ਵੀ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਇਹ ਵੀ ਗਵਾਹ ਨੇ ਇਸ ਚੀਜ਼ ਦੀਆਂ ਕਿ ਜਿਹੜਾ ਇੱਕ ਸੈਕੂਲਰ ਰਾਜ ਸੀ ਉਹਨੂੰ ਜਦੋਂ ਖਤਮ ਕੀਤਾ ਗੋਰੇ ਨੇ ਤਾਂ ਬਹੁਤ ਔਖਾ ਖਤਮ ਕੀਤਾ, ਐਡਾ ਸੌਖਾ ਜਿਹੜਾ, ਕਿਉਂਕਿ ਇੱਥੇ ਬਾਰੇ ਕੋਈ ਖਾਸ ਇੱਥੋਂ ਅੱਗੇ ਜਾ ਕੇ ਹੈ ਤਕਰੀਬਨ ਕੋਈ 2-3 ਕੋਹ ਦੇ ਉੱਤੇ ਜਿੱਥੇ ਕਿ ਲੜਾਈ ਦਾ ਦੱਸਿਆ ਜਾਂਦਾ ਜਿੱਥੇ ਲੜਾਈ ਹੋਈ ਹੈ, ਲੇਕਿਨ ਸਟੇ ਦੀਆਂ ਜਗ੍ਹਾ ਜਿਹੜੀਆਂ ਨੇ ਉਹ ਮੈਂਸ਼ਨ ਨੇ ਕਿ ਫਲਾਣੀ ਜਗ੍ਹਾ ਦੇ ਉੱਤੇ ਫਲਾਣੀ ਜਗ੍ਹਾ ਦੇ ਉੱਤੇ ਇਹ ਰੱਖਾਂ ਦੇ ਨਾਮ ਤੋਂ ਢੋਕਾਂ ਦੇ ਨਾਮ ਤੋਂ ਇਹ ਜਗ੍ਹਾ ਉਸ ਵੇਲੇ ਮਸ਼ਹੂਰ ਸਨ ਕਿਉਂਕਿ ਗੈਰ ਆਬਾਦ ਜਗ੍ਹਾ ਸਨ, ਇਸ ਵਾਸਤੇ ਇੱਥੇ ਜ਼ਿਆਦਾ ਲੋਕ ਨਹੀਂ ਸੀ ਠਹਿਰਦੇ। ਇਹ ਜਿਹੜੇ ਪੁਰਾਣੇ ਜਿਹੜੇ ਯਾਨੀ ਕਿ ਕਹਿ ਲਓ ਸਰਦਾਰਾਂ ਦੇ ਮੁਹੱਲੇ ਸਨ ਜਾਂ ਉਹਨਾਂ ਤੋਂ ਇਹ ਬਹੁਤ ਜ਼ਿਆਦਾ ਦੂਰ ਹੈ, ਬਹੁਤ ਜ਼ਿਆਦਾ ਪਰੇ ਸੀਗਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਅਮਨ ਕਾ ਸਫੀਰ, ਯੂ ਆਰ ਵਾਚਿੰਗ ਸ਼ਾਹਿਦ ਸ਼ਬੀਰ ਔਫੀਸ਼ੀਅਲ, ਸ਼ਾਹਿਦ ਸ਼ਬੀਰ ਅਮਨ ਕਾ ਸਫੀਰ ਐਂਡ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ, ਆਲ ਰਾਈਟਸ ਆਰ ਰਿਜ਼ਰਵ ਬਾਏ ਸ਼ਾਹਿਦ ਸ਼ਬੀਰ ਔਫੀਸ਼ੀਅਲ, ਨੋ ਵਨ ਹੈਵ ਟੂ ਰਾਈਟ ਟੂ ਡਾਊਨਲੋਡ ਦਿਸ ਵੀਡੀਓ, ਐਂਡ ਇਫ ਯੂ ਵਾਨਾ ਟੂ ਲਾਈਕ ਸ਼ੇਅਰ ਦੈਨ ਯੂ ਸ਼ੁੱਡ ਬੀ ਯੂਜ਼ ਟੂ ਮਾਈ ਰੀਅਲ ਯੂਟਿਊਬ ਅਕਾਊਂਟ ਲਿੰਕ, ਔਰ ਯੂ ਆਰ ਵਾਚਿੰਗ ਦ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਐਂਡ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ। ਦਿਖਾਓ ਜੀ ਜ਼ਰਾ,
Yes, Ehsan Qureshi, you are 100% right. It's very close to Mundra. Thank you, ji. Thanks, all of you. ਬਹੁਤ ਜੀ ਬਹੁਤ ਤੁਸੀਂ ਬਹੁਤ ਤੇਜ਼ ਨਿਕਲੇ ਹੋ ਜੀ, ਇੱਕ ਮਿੰਟ 'ਚ ਪਛਾਣ ਲਿਆ ਸਾਰਾ ਏਰੀਆ ਜੀ ਇਹ।